ਲੋਬੀ ਹੁਣ ਆਪਾਂ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਆਂ ਆਓ ਹੱਸਿਏ ਜ਼ੋਰ ਦੇ ਕੇ ਤਾਲੀਆਂ ਮਾਰਨੀਆਂ ਨੇ ਤੇ ਆਪਾਂ ਖੁੱਲ ਕੇ ਹੱਸਣਾ ਕਿਉਂਕਿ ਇਹ ਜਿਹੜੇ ਪਲ ਨੇ ਨਾ ਜ਼ਿੰਦਗੀ ਦੇ ਬੜੇ ਹੀ ਕੀਮਤੀ ਪਲ ਹੁੰਦੇ ਨੇ ਲੋ ਜੀ ਹੋਇਆ ਇਸ ਤਰ੍ਹਾਂ ਕਿ ਇੱਕ ਸਹੇਲੀ ਨੇ ਕੁੜੀ ਨੂੰ ਪੁੱਛਿਆ ਇੱਕ ਸਹੇਲੀ ਨੇ ਕੁੜੀ ਨੂੰ ਪੁੱਛਿਆ ਕਿ ਤੈਨੂੰ ਸਾਰਾ ਖਾਨਦਾਨ ਤੈਨੂੰ ਮੁੰਡੇ ਦਾ ਸਾਰਾ ਖਾਨਦਾਨ ਦੇਖਣ ਆਇਆ ਸੀ ਤਾਂ ਕੁੜੀ ਕਹਿਣ ਲੱਗੀ ਵਿਆਹ ਹੋ ਲੈਣ ਦੇ ਫਿਰ ਮੈਂ ਸਾਰੇ ਖਾਨਦਾਨ ਨੂੰ ਦੇਖ ਲਵਾਂਗੀ ਠੀਕ ਹੈ ਠੀਕ ਹੈ ਪਤਨੀ ਕਹਿੰਦੀ ਮੈਂ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਮਿਲਣਾ ਨਹੀਂ ਮੈਂ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਗੱਲ ਨਹੀਂ ਕਰਨੀ। ਤਾਂ ਪਤੀ ਕਹਿਣ ਲੱਗਿਆ ਵੀ ਇਹ ਤਾਂ ਰਿਸ਼ਤੇਦਾਰ ਮੇਰੀ ਮੁਸ਼ਕਲ ਵੇਲੇ ਮੁਸ਼ਕਲ ਵੇਲੇ ਇਹ ਸਾਰੇ ਮੇਰੇ ਨਾਲ ਖੜੇ ਸਨ। ਤਾਂ ਪਤਨੀ ਕਹਿੰਦੀ ਮੈਂ ਨਹੀਂ ਮੰਨਦੀ। ਤਾਂ ਪਤੀ ਕਹਿੰਦਾ ਆਪਣੇ ਵਿਆਹ ਦੀ ਵੀਡੀਓ ਦੇਖ ਲੈ ਸਾਰੇ ਮੇਰੇ ਨਾਲ ਖੜੇ ਹੋਏ ਸਨ। ਪਤਨੀ ਕਹਿੰਦੀ ਇੱਕ ਤਾਂ ਮੈਨੂੰ ਸੌਰੀ ਨਾ ਕਿਹਾ ਕਰੋ ਮੈਨੂੰ ਨਾ ਸੌਰੀ ਨਾ ਕਿਹਾ ਕਰੋ ਮੇਰਾ ਸਾਰਾ ਲੜਾਈ ਦਾ ਮੂਡ ਖਰਾਬ ਹੋ ਜਾਂਦਾ ਹੈ ਇਹ ਅੱਜ ਕੱਲ ਲੌਕਡਾਊਨ ਹੈ ਜੀ ਤੇ ਪਤੀ ਪਤਨੀ ਇਕੱਠੇ ਹੀ ਰਹਿੰਦੇ ਨੇ ਇਹ ਪਤੀ ਨੇ ਕਿਹਾ ਵੀ ਦੇਖ ਲੌਕਡਾਊਨ ਹੈਗਾ ਤੇ ਆਪਾਂ ਦਾ ਮਿਲ ਕੇ ਰਹਿਣਾ ਤੇ ਮੈਂ ਤੈਨੂੰ ਲੜਾਈ ਦਾ ਕੋਈ ਮੌਕਾ ਨਹੀਂ ਦੇਵਾਂਗਾ ਤੇ ਪਤਨੀ ਕਹਿੰਦੀ ਮੈਂ ਤੁਹਾਡੇ ਮੌਕਿਆਂ ਦੀ ਮੁਤਾਜ ਨਹੀਂ ਹੈਗੀ ਮੌਕੇ ਦਾ ਬਰਾਬਰ ਉਹ ਤੋਂ ਹੀ ਯਾਦ ਆਇਆ ਕਿ ਪਤੀ ਕਹਿੰਦਾ ਪਤਨੀ ਨੂੰ ਤੂੰ ਛੋਟੀਆਂ-ਛੋਟੀਆਂ ਗੱਲਾਂ ਤੇ ਲੜਦੀ ਰਹਿਣੀ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਲੜਦੀ ਰਹਿੰਨੀ ਐ ਤੇ ਪਤਨੀ ਕਹਿੰਦੀ ਹੋਰ ਮੈਂ ਤੁਹਾਡੀਆਂ ਵੱਡੀਆਂ ਗੱਲਾਂ ਦਾ ਇੰਤਜ਼ਾਰ ਕਰਦੀ ਰਵਾਂ ਕੀ ਬਾਤ ਹੈ ਵਾਜੀ ਵਾਜੀ ਉਹ ਪਤਨੀ ਕਹਿੰਦੀ ਅੱਜ ਮੈਂ ਖਾਣਾ ਕਿਹੋ ਜਿਹਾ ਬਣਾਇਆ ਖਾਣਾ ਬਣਾਉਣ ਤੋਂ ਬਾਅਦ ਕੁਛ ਦੀ ਐ ਅੱਜ ਮੈਂ ਖਾਣਾ ਕਿਹੋ ਜਿਹਾ ਬਣਾਇਆ ਤੇ ਪਤੀ ਕਹਿੰਦਾ ਤੂੰ ਤਾਂ ਬਸ ਲੜਾਈ ਦੇ ਬਹਾਨੇ ਹੀ ਲੱਭਦੀ ਐ। ਬੇ ਸਾਰੀ ਪਤੀਆਂ ਨੂੰ ਇਹ ਦੱਸ ਦੇ ਨਾ ਚੰਨਾ। ਸਾਰੇ ਪਤੀਆਂ ਨੂੰ ਕਿ ਜੇ ਪਤਨੀ ਇਹ ਤੁਹਾਨੂੰ ਪੁੱਛੇ ਕਿ ਕੀ ਕਿਹਾ ਜੇ ਜੇ ਪਤਨੀ ਇਹ ਪੁੱਛੇ ਨਾ ਕੀ ਕਿਹਾ ਜੇ ਏ ਦਾ ਮਤਲਬ ਇਹ ਨਹੀਂ ਕਿ ਉਹਨੇ ਗੱਲ ਸੁਣੀ ਨਹੀਂ ਉਹ ਤੁਹਾਨੂੰ ਗੱਲ ਬਦਲਣ ਦਾ ਇੱਕ ਮੌਕਾ ਦੇ ਰਿਹਾ ਹੁੰਦਾ ਹੈ ਜੇ ਜੇ ਪਤੀ ਪਤਨੀ ਨੂੰ ਕਾਲ ਕਰਦਾ ਉਹ ਮਿਸ ਕਾਲ ਹੋ ਜਾਂਦੀ ਹੈ ਜਦੋਂ ਪਤੀ ਮਿਸ ਕਾਲ ਕਰਦਾ ਪਤਨੀ ਨੂੰ ਤਾਂ ਪਤਨੀ ਸੋਚਦੀ ਹੈ ਪਤਾ ਨਹੀਂ ਕੀ ਹੋਇਆ ਹੋਵੇਗਾ ਪਤਾ ਨਹੀਂ ਕੀ ਹੋਇਆ ਹੋਵੇਗਾ ਤੇ ਜੇ ਪਤਨੀ ਦੀ ਮਿਸ ਕਾਲ ਆ ਜਾਵੇ ਤਾਂ ਪਤੀ ਸੋਚਦਾ ਹੁਣ ਮੇਰਾ ਪਤਾ ਨਹੀਂ ਕੀ ਹੋਵੇਗਾ ਵਾਹ ਜੀ ਵਾਹ ਇੱਕ ਪਤੀ ਪਤਨੀ ਬਿਮਾਰ ਹੋ ਗਈ ਬਹੁਤ ਸੀਰੀਅਸ ਤੇ ਡਾਕਟਰ ਕੋ ਲੈ ਗਏ ਤਪਤੀ ਡਾਕਟਰ ਨੂੰ ਕਹਿਣ ਲੱਗਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਪਤਨੀ ਬਚਦਾ ਜਾਵੇਗੀ ਨਾ ਮੇਰੀ ਪਤਨੀ ਬਚਦਾ ਜਾਵੇਗੀ ਨਾ ਡਾਕਟਰ ਕਹਿੰਦਾ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਬਿਓਸ਼ੀ ਦੀ ਹਾਲਤ ਵਿੱਚ ਉਹ ਤੇਰਾ ਨਾਮ ਲੈ ਕੇ ਕਹਿ ਰਹੀ ਸੀ ਕਿ ਹੁਣ ਇਹ ਮੇਰੇ ਕੋਲੋਂ ਨਹੀਂ ਬਚ ਸਕਦਾ ਪਤੀ ਜੀ ਬੈਠਾ ਹੋਇਆ ਸੀ ਬੜਾ ਉਦਾਸ ਬੈਠਾ ਹੋਇਆ ਸੀ ਤੇ ਸਾਹਮਣੇ ਉਹਨੇ ਗਲਾਸ ਵਿੱਚ ਨਾ ਪੈਪਸੀ ਪਾ ਕੇ ਰੱਖੀ ਹੋਈ ਸੀ ਤੇ ਬਾਹਰੋਂ ਪਤਨੀ ਆਈ ਉਹਨੇ ਉਹ ਪੈਪਸੀ ਵਾਲਾ ਗਲਾਸ ਪੀ ਲਿਆ ਤੇ ਪਤੀ ਨੂੰ ਪੁੱਛਦੀ ਏ ਕਿਉਂ ਉਦਾਸ ਬੈਠੇ ਹੋ ਕੀ ਗੱਲ ਹੈ ਕਿਉਂ ਉਦਾਸ ਬੈਠੇ ਹੋ ਬੱਤੀ ਕਹਿੰਦਾ ਅੱਜ ਦਾ ਤਾਂ ਸਾਰਾ ਦਿਨੀ ਬੜਾ ਮਾੜਾ ਗੁਜ਼ਰਿਆ ਸਵੇਰੇ ਤੇਰੇ ਨਾਲ ਲੜਾਈ ਹੋ ਗਈ ਸੀ ਦਫ਼ਤਰ ਜਾ ਰਿਹਾ ਸੀ ਤੇ ਰਸਤੇ 'ਚ ਕਾਰ ਖਰਾਬ ਹੋ ਗਈ ਲੇਟ ਪਹੁੰਚਿਆ ਤੇ ਜਿਹੜਾ ਬਾਸ ਸੀ ਉਹਨੇ ਮੈਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਘਰ ਆਇਆ ਐਨਾ ਉਦਾਸ ਸੀ ਮੈਂ ਕਿਹਾ ਆਤਮ ਹਤਿਆਈ ਕਰ ਲੈਣੀ ਹੈ ਪੈਪਸੀ ਵਿੱਚ ਜ਼ਹਿਰ ਪਾ ਕੇ ਬੈਠਾ ਸੀ ਉਹ ਤੂੰ ਪੀ ਲਈਏ ਇਹਦੀ ਪਤੀ ਪਤਨੀ ਦੀ ਅਕਸਰ ਬੈਸ ਝਗੜਾ ਲੜਾਈ ਹੁੰਦਾ ਹੈ ਪਿਆਰ ਭਰੀਆਂ ਗੱਲਾਂ ਹੁੰਦੀਆਂ ਨੇ ਤੇ ਜਦੋਂ ਹੁੰਦੀਆਂ ਨੇ ਨਾ ਤਾਂ ਪਤੀ ਕਹਿੰਦਾ ਜਦੋਂ ਤੂੰ ਘਰ ਨਹੀਂ ਨਾ ਹੁੰਦੀ ਕਰ ਸ਼ਾਂਤੀ ਹੁੰਦੀ ਹੈ ਜਦੋਂ ਤੂੰ ਘਰ ਨਹੀਂ ਨਾ ਹੁੰਦੀ ਉਦੋਂ ਕਰ ਸ਼ਾਂਤੀ ਹੁੰਦੀ ਹੈ ਪਤਨੀ ਕਹਿੰਦੀ ਜਦੋਂ ਤੂੰ ਕੰਮ ਨਹੀਂ ਨਾ ਹੁੰਦਾ ਕਰ ਸੰਤੋਖ ਹੁੰਦਾ ਲੋ ਜੀ ਤੰਦਰੁਸਤ ਰਹੋ ਮੁਸਕੁਰਾਂਦੇ ਰਹੋ ਅਸਦੇ ਰਹੋ ਹਸਾਂਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਥੈਂਕ ਯੂ ਥੈਂਕ ਯੂ